ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਕਿਸਾਨਾਂ ਦੀ ਮਹਾਰੈਲੀ ਅਤੇ ਮਹਾਰਾਲੀ ਦੇ ਵਿੱਚ ਜਿਵੇਂ ਅਸੀਂ ਗੱਲ ਕਰਦੇ ਹਾਂ ਦਿੱਲੀ ਦੇ ਧਰਨਿਆਂ ਦੀ ਜੇ ਗੱਲ ਹੁੰਦੀ ਹੈ, ਉੱਥੇ ਵੀ ਬਹੁਤ ਰੰਗ ਨੇ, ਇੱਥੇ ਵੀ ਬਹੁਤ ਰੰਗ ਨੇ, ਚਾਹੇ ਮਹਾਂਪੰਚਾਇਤਾਂ ਹੋਣ ਚਾਹੇ ਇਹ ਮਹਾਰੈਲੀਆਂ ਹੋਣ। ਜੋਗਿੰਦਰ ਸਿੰਘ ਅਗਰਾਹਾਂ ਨੇ ਸੁਬਹਾ ਕਿਹਾ ਸਾਡੇ ਨਾਲ ਗੱਲਬਾਤ ਕਰਦੇ ਹੋਏ ਵੀ ਇਹ ਅਸੀਂ ਕੋਈ ਸ਼ਕਤੀ ਨਹੀਂ ਦਿਖਾ ਰਹੇ, ਜੇ ਸ਼ਕਤੀ ਦਿਖਾ ਵੀ ਰਹੇ ਹਾਂ ਤਾਂ ਸ਼ਕਤੀ ਦਿਖਾਉਣਾ ਕੋਈ ਮਾੜੀ ਗੱਲ ਨਹੀਂ, ਪਰ ਇਹ ਉਹ ਸ਼ਕਤੀ ਨਹੀਂ ਜਿਹੜੀ ਲੋਕ ਸਮਝ ਰਹੇ ਨੇ ਜਾਂ ਉਹ ਲੋਕ ਸਮਝ ਰਹੇ ਨੇ ਜਿਹੜੇ ਸਿਆਸੀ ਨੇ ਵੀ ਅਸੀਂ ਕੱਲ੍ਹ ਨੂੰ ਕਿਤੇ ਵੋਟਾਂ 'ਚ ਖੜੇ ਹੋਣਾ ਗਾ। ਸਾਡੇ ਨਾਲ ਹੁਣ ਇੱਥੇ ਕੁਝ ਨੌਜਵਾਨ ਲੜਕੀਆਂ ਮੌਜੂਦ ਨੇ ਜਿਨ੍ਹਾਂ ਨੇ ਕਰਤੀ ਧਰਤੀ ਨਾਮ ਦਾ ਇੱਕ ਪੇਪਰ ਕੱਢਿਆ ਗਾ। ਕੀ ਮਕਸਦ ਆ ਇਸ ਪੇਪਰ ਦਾ, ਇਹ ਅੰਦੋਲਨਾਂ ਦੇ ਵਿੱਚ ਕੀ ਕੁਛ ਹੋਰ ਹੋ ਰਿਹਾ ਹੈਗਾ, ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪੇਪਰ ਤੁਸੀਂ ਕੱਢਿਆ ਗਾ ਕਰਤੀ ਧਰਤੀ, ਇਹਦਾ ਕੀ ਮੇਨ ਮਕਸਦ ਆ ਜੀ? ਮੇਨ ਮਕਸਦ ਇਹਦੇ ਵਿੱਚ ਦੀ ਜਿਵੇਂ ਇਹਦੇ ਵਿੱਚ ਹੀ ਖੁਦ ਹੀ ਨਾਮ ਦੇ ਵਿੱਚ ਹੀ ਗੱਲ ਹੈਗੀ ਆ ਕਿ ਧਰਤੀ ਦੇ ਬਾਰੇ ਦੇ ਵਿੱਚ ਗੱਲ ਹੈਗੀ ਹੈ ਕਰਾਂਗੇ, ਖੇਤੀ ਦੇ ਬਾਰੇ 'ਚ ਗੱਲ ਕਰਾਂਗੇ। ਅਤੇ ਧਰਤੀ ਨੂੰ ਜਿਵੇਂ ਔਰਤ ਦੇ ਮਤਲਬ ਮੰਨਿਆ ਜਾਂਦਾ ਹੈ, ਠੀਕ ਹੈ, ਤਾਂ ਔਰਤ ਦੀ ਪਰਿਸਥਿਤੀ ਜੋ ਹੈਗੀ ਹੈ ਇਸ ਧਰਤੀ ਦੇ ਉੱਤੇ ਉਹਦੇ ਬਾਰੇ 'ਚ ਵੀ ਗੱਲ ਕਰਾਂਗੇ। ਫਿਲਹਾਲ ਅਸੀਂ ਇਹਦੇ ਵਿੱਚ ਕਿ ਕਿਵੇਂ ਇੱਕ ਔਰਤ ਜਿਹੜੀ ਹੈਗੀ ਹੈ ਕਰਤੀ ਹੈ, ਠੀਕ ਹੈ, ਅਤੇ ਉਹਦਾ ਕਿਸਾਨੀ ਦੇ ਨਾਂ ਵਿੱਚ ਅਤੇ ਉਹਦਾ ਇਸ ਧਰਨੇ ਦੇ ਵਿੱਚ ਕੀ ਪਾਰਟਿਸਪੇਸ਼ਨ ਹੈਗਾ, ਉਹ ਸਾਰੀਆਂ ਗੱਲਾਂ ਕਰ ਰਹੇ ਹਾਂ ਅਸੀਂ ਇਸ ਦੇ ਵਿੱਚ। ਜੀ ਜੀ, ਜਿਵੇਂ ਦਿੱਲੀ ਦੀ ਅਸੀਂ ਗੱਲ ਕਰਦੇ ਹਾਂ, ਦਿੱਲੀ ਦਾ ਅੰਦੋਲਨ ਜਿਹੜਾ ਦਿੱਲੀ 'ਚ ਚੱਲ ਰਿਹਾ ਹੈਗਾ, 90 ਦਿਨ ਦਾ ਸਮਾਂ ਹੋਣ ਵਾਲਾ ਗਾ ਅਤੇ 6 ਮਹੀਨੇ ਪੰਜਾਬ 'ਚ ਚੱਲਦੇ ਨੂੰ ਹੋ ਗਿਆ, ਜਿਹੜਾ ਆਹ ਰੰਗ ਅੱਜ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ, ਖਾਸ ਕਰਕੇ ਮਾਲਵੇ ਦਾ ਰੰਗ, ਬੜੇ ਲੋਕ ਇਹ ਸਮਝ ਰਹੇ ਆ ਵੀ ਸਿਆਸੀ ਤੌਰ ਦੇ ਉੱਤੇ ਸ਼ਕਤੀ ਦਿਖਾਈ ਜਾ ਰਹੀ ਹੈ ਜਾਂ ਇੱਦਾਂ ਦਾ ਕੁਛ ਹੋ ਰਿਹਾ, ਤੁਸੀਂ ਕੀ ਸੋਚਦੇ ਹੋ ਵੀ ਕੀ ਚੀਜ਼ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਰਿਵਰਤਨ ਹੋਊਗਾ ਪੰਜਾਬ ਦੇ ਵਿੱਚ? ਪਰ ਇੱਕ ਤਾਂ ਦੇਖੋ ਪੰਜਾਬ ਦੇ ਵਿੱਚ ਜਿੰਨਾ ਮਤਲਬ ਹੁਣ ਤੱਕ ਅਵੇਅਰਨੈਸ ਤਾਂ ਲੋਕਾਂ ਹਰ ਕਿਸੇ ਨੂੰ ਹੁੰਦੀ ਹੈਗੀ ਆ, ਗੱਲਬਾਤ ਤਾਂ ਸਭ ਤੱਕ ਪਹੁੰਚਦੀ ਰਹਿੰਦੀ ਹੈ ਕਿ ਜਿਹੜਾ ਸਮਾਜ ਦਾ ਸਟਰਕਚਰ ਹੈਗਾ ਕਿ ਉਹ ਕਿਸ ਹਾਲਤ ਦੇ ਵਿੱਚ ਹੈਗਾ, ਪਰ ਜਦੋਂ ਹੁਣ ਜਿਹੜੀ ਗੱਲ ਹੈਗੀ ਆ ਸਾਰੇ ਲੋਕਾਂ ਦੇ ਘਰਾਂ ਤੱਕ ਆ ਚੁੱਕੀ ਹੈਗੀ ਆ, ਤਾਂ ਉਹ ਜਿਸ ਤਰੀਕੇ ਦੇ ਨਾਲ ਉੱਠ ਖੜੇ ਹੋਏ ਆ ਤਾਂ ਇਹ ਸਾਰਿਆਂ ਦੇ ਲਈ ਬਹੁਤ ਵੱਡੀ ਉਮੀਦ ਦੀ ਵਾਲੀ ਗੱਲ ਹੀ ਹੈ। ਅਤੇ ਹੁਣ ਉਮੀਦ ਕਰਦੇ ਹਾਂ ਕਿ ਸਿਰਫ ਕਿਸਾਨੀ ਦੀ, ਹਾਲੇ ਤੱਕ ਤਾਂ ਇਹਨੂੰ ਕਿਸਾਨੀ ਦਾ ਨਾਮ ਦਿੱਤਾ ਗਿਆ ਹੈ, ਪਰ ਕਿਸਾਨੀ ਦੀ ਗੱਲ ਨਹੀਂ ਹੈਗੀ ਇਹ ਸਾਰੇ ਹਰ ਕਿਸੇ ਦੇ ਇੱਕ ਦਿਨ ਬਾਕੀ ਸਾਰਿਆਂ ਦੇ ਘਰ ਤੱਕ ਵੀ ਗੱਲ ਪਹੁੰਚਣ ਵਾਲੀ ਹੈ, ਤਾਂ ਇਹ ਸਭ ਜੋ ਮੂਵਮੈਂਟ ਹੈਗੀ ਹੈ ਸਾਰਿਆਂ ਨੂੰ ਹੌਸਲਾ ਦੇਵੇਗੀ ਕਿ ਅਸੀਂ ਆਪਦੇ ਹੱਕਾਂ ਦੇ ਲਈ ਖੜ੍ਹੇ ਹੋ ਸਕਦੇ ਹਾਂ, ਅਤੇ ਅੱਗੇ ਵੀ ਅਸੀਂ ਕੋਈ ਵੀ ਕਿਸੇ ਕਿਸਮ ਦੀ ਨਾਇਨਸਾਫੀ ਕਿਸੇ ਵੀ ਤੌਰ ਦੇ ਉੱਤੇ ਹੁੰਦੀ ਹੈਗੀ ਹੈ ਤਾਂ ਉਹਦੇ ਬਾਰੇ 'ਚ ਅਸੀਂ ਇਕੱਠੇ ਹੋ ਕੇ ਲੜ ਸਕਦੇ ਹਾਂ। ਜੀ ਜੀ, ਜੇ ਮੈਂ ਤੁਹਾਡੇ ਤੋਂ ਪੁੱਛਿਆ ਕਦੇ ਸੋਚਿਆ ਸੀ ਵੀ ਇੱਦਾਂ ਕਿਸਾਨਾਂ ਦੇ ਉੱਤੇ ਇੱਦਾਂ ਡਾਕੂਮੈਂਟਰੀਜ਼ ਬਣ ਗਈਆਂ ਜਾਂ ਖਾਸ ਕਰਕੇ ਜਿਹੜੇ ਛੋਟੇ ਬੱਚੇ ਜਾਂ ਲੜਕੀਆਂ ਹੈਗੀਆਂ ਉਹ ਸਟੇਜਾਂ ਦੇ ਉੱਤੇ ਜਾ ਕੇ ਇੱਦਾਂ ਦੇ ਭਾਸ਼ਣ ਦੇਣਗੀਆਂ, ਖਾਸ ਕਰਕੇ ਇਨਕਲਾਬੀ ਭਾਸ਼ਣ ਹੋਣਗੇ? ਨਹੀਂ, ਇੱਦਾਂ ਦਾ ਤਾਂ ਕਦੇ ਨਹੀਂ ਸੀ ਸੋਚਿਆ, ਪਰ ਪਿਛਲੇ ਜੂਨ ਤੋਂ ਹੀ ਕੁਛ ਉੱਬਲਣਾ ਜਿਹਾ ਸ਼ੁਰੂ ਹੋ ਗਿਆ ਸੀਗਾ, ਉਦੋਂ ਪਤਾ ਲੱਗ ਗਿਆ ਸੀਗਾ ਕਿ ਕਾਫੀ ਕੁਛ ਹੋਊਗਾ, ਪਰ ਇੰਨੇ ਵੱਡੇ ਇਕੱਠ ਹੋਣੇ ਸ਼ੁਰੂ ਹੋ ਜਾਣਗੇ ਉਹ ਨਹੀਂ ਸੀ ਆਪਾਂ ਨੂੰ ਪਤਾ। ਜਦੋਂ ਆਪਾਂ ਦਿੱਲੀ ਚਲੇ ਗਏ, ਆਪਣਾ ਇਕੱਠ ਦਿੱਲੀ ਚਲਾ ਗਿਆ, ਉਦੋਂ ਤੋਂ ਜਿਹੜਾ ਇਹ ਪੋਲੀਟੀਕਲ ਅਵੇਅਰਨੈਸ ਆ ਵੀ ਅਸੀਂ ਜਿਹੜੇ ਲੋਕ ਹਾਂ ਅਸੀਂ ਇਕੱਠੇ ਹੋ ਕੇ ਕੁਛ ਵੀ ਕਰ ਸਕਦੇ ਹਾਂ, ਜਿਹੜੀ ਪਾਵਰ ਆ ਉਹ ਲੀਡਰ ਦੇ ਹੱਥ 'ਚ ਨਾ ਹੋ ਕੇ ਸਾਡੇ ਹੱਥ ਦੇ ਵਿੱਚ ਹੈ, ਜੇ ਅਸੀਂ ਯੂਨਾਈਟਿਡ ਹਾਂ ਤਾਂ, ਅਤੇ ਜੇ ਅਸੀਂ ਫੋਕਸਡ ਹਾਂ। ਅਤੇ ਉਹ ਜਿਹੜੀ ਚੀਜ਼ ਆ, ਉਹ ਜਿਹੜੀ ਪੋਲੀਟੀਕਲ ਅਵੇਅਰਨੈਸ ਆ, ਉਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦੇ ਵਿੱਚ ਹੀ ਆਈ ਆ, ਸਪੈਸ਼ਲੀ ਰੂਰਲ ਏਰੀਆਜ਼ ਦੇ ਵਿੱਚ, ਅਰਬਨ ਏਰੀਆਜ਼ 'ਚ ਹਜੇ ਘੱਟ ਆਈ ਆ। ਹਾਂਜੀ, ਤੁਸੀਂ ਅਰਬਨ ਏਰੀਏ ਦੀ ਗੱਲ ਕਰੀ, ਤੁਹਾਨੂੰ ਲੱਗਦਾ ਗਾ ਵੀ MC ਇਲੈਕਸ਼ਨ ਹੋ ਕੇ ਹਟੇ ਆ, ਉਹੀ ਸਾਰਾ ਸੀਨ ਦੇਖਣ ਨੂੰ ਮਿਲਿਆ ਜਿਹੜਾ ਪਹਿਲਾਂ ਵਾਲੀਆਂ ਸਰਕਾਰਾਂ 'ਚ ਦੇਖਣ ਨੂੰ ਮਿਲਿਆ ਸੀ, ਨਸ਼ਾ ਵੰਡਿਆ ਗਿਆ, ਪੱਗਾਂ ਲੈਣਾ, ਉੱਦਾਂ ਹੀ ਧੱਕੇਸ਼ਾਹੀ, ਤੁਹਾਨੂੰ ਲੱਗਦਾ ਵੀ ਹਜੇ ਵੀ ਜਥੇਬੰਦੀਆਂ ਨੂੰ ਖਾਸ ਕਰਕੇ ਜਿਹੜਾ ਸ਼ਹਿਰੀ ਖੇਤਰਾਂ 'ਤੇ ਕੰਮ ਕਰਨ ਦੀ ਲੋੜ ਆ? ਮੈਨੂੰ ਲੱਗਦਾ ਕਿ ਪਹਿਲਾਂ ਆਪਾਂ ਜ਼ਮੀਨਾਂ 'ਤੇ ਜ਼ਰੂਰ ਕੰਮ ਕਰ ਲਈਏ, ਪਹਿਲਾਂ ਜਿਹੜਾ ਆਪਣਾ ਮੁੱਦਾ ਆ ਕਿ ਅਸੀਂ 3 ਲਾਜ਼ ਵਾਪਸ ਕਰਾਉਣੇ ਆ, ਕਿਉਂਕਿ ਸਾਡੇ ਬਹੁਤ ਸਾਰੇ ਲੱਖਾਂ ਕਿਸਾਨਾਂ ਦਾ ਲਾਈਵਲੀਹੁੱਡ ਸਟੇਕ ਦੇ ਉੱਤੇ ਆ, ਪਹਿਲਾਂ ਆਪਾਂ ਇਹਦੇ 'ਤੇ ਕੰਮ ਕਰ ਲਈਏ, ਇੱਕ ਵਾਰੀ ਜਦੋਂ ਹੋ ਜੂਗਾ ਤਾਂ ਇਹ ਫੋਕਸ ਨੂੰ ਆਪਾਂ ਲੈ ਕੇ ਜਾ ਸਕਦੇ ਹਾਂ ਸ਼ਹਿਰਾਂ ਤੱਕ, ਪਰ ਸ਼ਹਿਰਾਂ ਦੇ ਲੋਕਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਉਹਨਾਂ ਦੀਆਂ ਪ੍ਰੋਬਲਮ ਸਟੇਟਮੈਂਟਸ ਹੀ ਡਿਫਰੈਂਟ ਨੇ, ਤਾਂ ਉਹਨਾਂ ਨੂੰ ਐਡਰੈਸ ਕਰਨ ਦੇ ਲਈ ਆਪਾਂ ਨੂੰ ਅਲੱਗ ਤਰੀਕੇ ਨਾਲ ਉਹਨਾਂ ਨੂੰ ਅਪਰੋਚ ਕਰਨਾ ਪਊਗਾ। ਜੀ, ਜੇ ਅਸੀਂ ਕਿਸਾਨੀ ਦੀ ਗੱਲ ਕਰ, ਕਿਸਾਨੀ ਦੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਸ਼ਹਿਰੀ ਖੇਤਰ ਵੀ ਜੁੜਿਆ ਵਾਗਾ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਘਾਟ ਰਹੀ ਹੈ ਵੀ ਉਹ ਲੋਕਾਂ ਤੱਕ ਹਜੇ ਉਵੇਂ ਗੱਲ ਨਹੀਂ ਪਹੁੰਚੀ ਜਾਂ ਅੰਦੋਲਨ ਉਵੇਂ ਉਹਨਾਂ ਦੇ ਘਰਾਂ 'ਚ ਨਹੀਂ ਵੜਿਆ ਜਿਵੇਂ ਪੇਂਡੂ ਖੇਤਰ 'ਚ ਵੜ ਗਿਆ? ਹਾਂਜੀ, ਮੈਨੂੰ ਇਹ ਜਿਹੜੀ ਘਾਟ ਆ ਮਹਿਸੂਸ ਹੁੰਦੀ ਹੈ, ਤਾਂ ਹੀ ਕਰਕੇ ਮੈਂ ਕਹਿੰਦੀ ਹਾਂ ਕਿ ਜਿਹੜੀ ਪੋਲੀਟੀਕਲ ਅਤੇ ਇਕਨੋਮਿਕ ਅਵੇਅਰਨੈਸ ਆ ਨਾ ਉਹ ਸਾਡੀਆਂ, ਮੈਂ ਕਹਿੰਦੀ ਹੁੰਦੀ ਹਾਂ ਕਿ ਬੀਬੀਆਂ ਜਿਹੜੀਆਂ ਪਿੰਡਾਂ ਦੀਆਂ ਨੇ ਉਹਨਾਂ 'ਚ ਜ਼ਿਆਦਾ ਆ, ਅਰਬਨ ਬੀਬੀਆਂ 'ਚ ਉਹ
ਅਵੇਅਰਨੈਸ ਬਹੁਤ ਘੱਟ ਆ ਹਜੇ ਉਹਨਾਂ ਨੂੰ ਇਸ ਅਵੇਅਰਨੈਸ ਤੱਕ ਪਹੁੰਚਣ ਲਈ ਬਹੁਤ ਵਕਤ ਲੱਗੂਗਾ ਜਿਹੜਾ ਸਾਡੀਆਂ ਬੀਬੀਆਂ ਰੂਰਲ ਏਰੀਆਜ਼ ਦੇ ਵਿੱਚ ਪਹੁੰਚ ਚੁੱਕੀਆਂ ਨੇ ਜੀ ਪੇਪਰ ਨੂੰ ਲੈ ਕੇ ਕੁਝ ਹੋਰ ਦੱਸਣਾ ਚਾਹੋਗੇ ਜਾਂ ਕਦੋਂ ਤੱਕ ਇਹ ਜਾਰੀ ਰਹੂਗਾ ਜਾਂ ਫੋਰਐਵਰ ਦੇ ਲਈ ਤੁਸੀਂ ਕੱਢਿਆ ਕਿਵੇਂ ਆ ਅਸੀਂ 15 ਦਿਨਾਂ ਬਾਅਦ ਕੱਢਾਂਗੇ ਪੇਪਰ ਸਾਡਾ ਦੂਜਾ ਐਡੀਸ਼ਨ ਦੀ ਤਿਆਰੀ ਚੱਲ ਰਹੀ ਆ ਅਸੀਂ ਚਾਹੁੰਦੇ ਹਾਂ ਕਿ ਅਸੀਂ ਕੁੜੀਆਂ ਜਿਹੜਾ ਪੋਲੀਟੀਕਲ ਇਕਨੋਮਿਕ ਐਗਰੇਰੀਅਨ ਖੇਤਰ ਆ ਉਹਦੇ ਬਾਰੇ ਲਿਖੀਏ ਪਹਿਲਾਂ ਮੂਵਮੈਂਟ ਬਾਰੇ ਲਿਖੀਏ ਜਦੋਂ ਅਸੀਂ ਜਿੱਤ ਜਾਂਗੇ ਫਿਰ ਅਸੀਂ ਇਸ ਸਟਰਗਲ ਨੂੰ ਇਹ ਜਿਹੜੇ ਡਾਇਲੋਗ ਸ਼ੁਰੂ ਹੋ ਗਏ ਸੋਸ਼ਲ ਚੇਂਜ ਦੇ ਪੋਲੀਟੀਕਲ ਇਕਨੋਮਿਕ ਚੇਂਜ ਦੇ ਉਹਨੂੰ ਅਸੀਂ ਪਰਚੇ ਦੇ ਥਰੂ ਜਾਰੀ ਰੱਖਣਾ ਚਾਹਾਂਗੇ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਹਾਂਜੀ ਥੈਂਕ ਯੂ ਸੋ ਇਹ ਬਦਲਾਵ ਨੇ ਜਿਹੜੇ ਬਦਲਾਵ ਆ ਰਹੇ ਨੇ ਲੋਕਾਂ ਦੇ ਵਿੱਚ ਪੇਪਰਾਂ ਦੇ ਰਾਹੀਂ ਅੱਗੇ ਜਦੋਂ ਅਸੀਂ ਸਿੰਘੂ ਦੀ ਗੱਲ ਕਰਦੇ ਹਾਂ ਟਿੱਕਰੀ ਦੀ ਗੱਲ ਕਰਦੇ ਹਾਂ ਉੱਥੇ ਵੱਖੋ ਵੱਖ ਬਾਰਡਰਾਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਟਰਾਲੀ ਤੋਂ ਟਰਾਲੀ ਇੱਕ ਟਰਾਲੀ ਟਾਈਮਜ਼ ਕੱਢਿਆ ਗਿਆ ਟਰਾਲੀ ਤੋਂ ਟਰਾਲੀ ਜਿਵੇਂ ਸਾਡੇ ਚੈਨਲ ਨੇ ਇੱਕ ਸ਼ੋਅ ਕੀਤਾ ਇਹ ਬਦਲਾਵ ਆ ਰਹੇ ਨੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਵਿੱਚ ਵੀ ਬਦਲਾਵ ਆ ਰਹੇ ਨੇ ਜਿਵੇਂ ਸਾਡੇ ਗੀਤ ਸਾਡੀਆਂ ਕਵਿਤਾਵਾਂ ਸਾਡਾ ਸਭ ਕੁਝ ਬਦਲਦਾ ਜਾ ਰਿਹਾ ਹੈਗਾ ਇਹ ਵੀ ਇੱਕ ਤਰ੍ਹਾਂ ਦਾ ਇਨਕਲਾਬ ਆ ਹਜੇ ਲੋੜ ਆ ਹੋਰ ਕੰਮ ਕਰਨ ਦੀ ਅਤੇ ਉਹ ਕੰਮ ਜਥੇਬੰਦੀਆਂ ਦੇ ਆਗੂ ਵੀ ਕਹਿ ਰਹੇ ਨੇ ਲੋਕ ਵੀ ਕਹਿ ਰਹੇ ਨੇ ਵੀ ਅਸੀਂ ਉਹ ਕੰਮ ਵੀ ਕਰਾਂਗੇ ਖਾਸ ਕਰਕੇ ਜਿਹੜਾ ਅਰਬਨ ਏਰੀਆ ਹੈਗਾ ਸ਼ਹਿਰੀ ਖੇਤਰ ਆ ਉੱਥੇ ਵੀ ਅਸੀਂ ਜਾ ਕੇ ਲੋਕਾਂ ਤੱਕ ਪਹੁੰਚ ਕਰਾਂਗੇ ਗਰਾਊਂਡ ਜ਼ੀਰੋ ਦੀ ਅੱਗੇ ਵੀ ਰਿਪੋਰਟ ਤੁਹਾਨੂੰ ਦਿਖਾਉਂਦੇ ਰਹਾਂਗੇ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਆਰ ਐਮ ਬੀ ਟੈਲੀਵਿਜ਼ਨ ਧੰਨਵਾਦ ਜੀ